टाइम पोस्ट वालों तुहानू ठीकरी बार्डर तो जो पहला भी प्रसारण दिखा रहा है तो आओ तुहानू रूबरू कराने कि देख सकते हो तुसीं साडे वीर भरा जिहड़े आ इस टाइम सब्जी लंगर की तैयारी कर रहे हैं तो आओ उन्हां दे रूबरू करते हैं तो उन्होंने पुछते हैं कि साडे वीर कित्थों ने ते कदों दे इस धरने दे नाल जुड़े हुए हैं। की हाल चाल सत श्री अकाल जी तुहाडा पंजाबी प्राइम पोस्ट डीएम जिहड़ी इत्थे किसानां च संघर्ष च आई है तुहाडा धन्नवाद। साडा पिंड है जी, मेरा नाम सरपंच चरणजीत सिंह, पिंड सक्कां वाली ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ। ਅਤੇ ਵੀਰ ਜੀ ਕਦੀ ਸੋਚਿਆ ਸੀ ਜਿੱਦਾਂ ਹੁਣ ਸਾਡੇ ਵੀਰ ਸਬਜ਼ੀਆਂ ਆਪਣੇ ਕੱਟ ਰਹੇ ਨੇ ਲੰਗਰ ਲਈ ਤਾਂ ਕਦੀ ਸੋਚਿਆ ਸੀ ਜ਼ਿੰਦਗੀ 'ਚ ਅਸੀਂ ਇੱਦਾਂ ਦਾ ਮਤਲਬ ਕੱਟਾਂਗੇ ਜਾਂ ਕੁਛ ਹੋਵੇਗਾ ਇੱਦਾਂ ਦਾ? ਨਹੀਂ ਯਾਰ, ਇਹ ਕਦੇ ਸਮਾਂ ਨਾ ਹੀ ਆਇਆ, ਪਰਮਾਤਮਾ ਦੀ ਕਿਰਪਾ ਨਾ ਕਦੇ ਉਸ ਉਦੋਂ ਟਾਈਮ ਇਹ ਆਉਂਦਾ ਸੀ ਜਦੋਂ ਆਪਣੇ ਗੁਰਪੁਰਬ ਵਾਲੇ ਦਿਨ ਗੁਰੂ ਘਰ ਜਾਂਦੇ ਹਾਂ, ਪਰ ਉਸ ਦਿਨ ਇੱਕ ਦਿਨ ਜਾਂ ਦੋ ਦਿਨ ਤਿੰਨ ਦਿਨ ਲੰਗਰ ਪੱਕਦਾ, ਤਿੰਨ ਦਿਨ ਜਾਂ ਚਾਰ ਦਿਨ ਸੇਵਾ ਹੁੰਦੀ। ਹਾਂ, ਅਤੇ 15-20 ਦਿਨ ਉਸ ਤੋਂ ਬਾਅਦ ਇਹ ਸੀਗਾ ਵੀ ਦਿੱਲੀ ਜਾਣਾ ਹੈ। ਜੀ ਜੀ, ਇਹ ਕਿਸੇ ਨੂੰ ਵੀ ਨਹੀਂ ਪਤਾ ਸੀ ਵੀ ਦਿੱਲੀ ਜਾ ਕੇ ਜਿਹੜਾ ਸੰਘਰਸ਼ ਹੈ ਇਹ ਦੁਨੀਆ ਦਾ ਸਭ ਤੋਂ ਵੱਡਾ ਸੰਘਰਸ਼ ਹੋਊਗਾ ਅਤੇ ਅਸੀਂ ਉਸ ਜੱਗ 'ਚ ਹਿੱਸਾ ਪਾਉਣ ਜਾਵਾਂਗੇ। ਅਤੇ ਇੱਕ ਦੋ ਦਿਨ ਖਿਆਈ ਆਈ, ਰੋਟੀ ਜੋ ਪਕਾਉਂਦੇ ਸੀਗੇ ਉਦੋਂ 5-6 ਚੁੰਡਾਂ ਬਣ ਜਾਂਦੀਆਂ ਸੀ, ਫਿਰ ਅਸੀਂ ਤਰੀਕਾ ਲੱਭਿਆ ਉੱਤੇ ਬਾਟੀ ਮੁੱਦੀ ਮਾਰ ਕੇ ਪਾਸਿਓਂ ਲਾ ਕੇ ਗੋਲ ਕਰ ਲੈਂਦੇ, ਖਾਧੀਆਂ ਗੋਲ ਕਰਕੇ ਹੀ। ਅਤੇ ਸਬਜ਼ੀ ਸੁਬਜ਼ੀ ਹੁਣ ਟਾਈਮ ਨਹੀਂ, ਪਹਿਲਾਂ ਉੱਥੇ ਜਥੇਬੰਦੀਆਂ ਦਾ ਸੁਣਿਆ ਜਾਂਦਾ ਭਾਸ਼ਣ, ਫਿਰ ਆ ਕੇ ਆਪਦਾ ਜਿਵੇਂ ਆਪਾਂ ਬੁੜੀਆਂ ਕਹਿ ਦਿੰਦੀਆਂ ਵੀ ਟਾਈਮ ਨਾਲ ਆਹ ਕਰ ਲਈਏ, ਅਤੇ ਸਾਡੇ ਵੀ ਹੁਣ ਸੀਗਾ ਵੀ ਟਾਈਮ ਨਾਲ ਕਰੋ, ਆਹ ਐਵੇਂ ਹਨੇਰੇ 'ਚ ਜ਼ਰੂਰ ਮੱਛਰ ਖਾਣਾ। ਮਤਲਬ ਕਹਿ ਸਕਦੇ ਕਿ ਅਸੀਂ ਸਿੱਖਣ ਨੂੰ ਬਹੁਤ ਕੁਝ ਮਿਲ ਰਿਹਾ ਧਾਨੇ ਦੇ ਵਿੱਚ ਨਾ, ਸਿੱਖਣ ਨੂੰ ਬਹੁਤ ਕੁਝ। ਸਿੱਖਣ ਨੂੰ ਵੇਖੋ ਵੀ ਪਹਿਲੇ ਦਿਨ ਅਸੀਂ ਆਏ, ਅਸੀਂ ਸਿਲੰਡਰ ਜਦੋਂ ਚਾਹ ਬਣਾਉਣੀ ਥੱਲੇ ਕੱਢ ਲੈਣਾ, ਅਸੀਂ 24 ਤਰੀਕ ਨੂੰ ਪਿੰਡੋਂ ਚੱਲੇ ਸੀ, ਉਸ ਦਿਨ ਦੇ ਇੱਥੇ ਹੀ ਹੈ, ਫਿਰ ਵਿੱਚ ਰੱਖ ਲੈਣਾ। ਡਰ ਲੱਗਦਾ ਸੀ ਵੀ ਜਿਵੇਂ ਯਾਰ ਵੀ ਚੋਰੀ ਚਾਰੀ, ਹੁਣ ਤੁਸੀਂ ਮਾੜਾ ਕੈਮਰਾ ਘੁਮਾਓ, ਆਹ ਸਾਰਾ ਸਾਡਾ ਤਾਮ ਝਾਮ ਟਰਾਲੀ ਦੇ ਥੱਲੇ ਉਵੇਂ ਪਿਆ, ਹਾਂ ਆਹ ਸਾਡੇ ਬਾਈ ਤਖਤੂਪੁਰੇ ਤੋਂ, ਜੇ ਤਾਂ ਇਹ ਦਹੀਂ ਬਣਾਉਂਦੇ ਸਾਨੂੰ ਫੜਾ ਜਾਂਦੇ ਆ, ਜੇ ਅਸੀਂ ਚਾਹ ਬਣਾਉਂਦੇ ਹਾਂ ਇਹ ਲੈ ਜਾਂਦੇ ਆ ਵੰਡ ਚੁੰਡ ਕੇ। ਇੱਧਰ ਬਾਪੂ ਆ ਉਸ ਦਿਨ ਤੋਂ ਨਾਲ ਆ ਦਇਆ ਕਲਾਂ ਮੋਗੇ ਧਰਮਕੋਟ ਤੋਂ, ਇਹ ਸਾਡਾ ਤਿੰਨਾਂ ਘਰਾਂ ਦਾ ਚੁੱਲ੍ਹਾ ਸਾਂਝਾ, ਤੇ ਜਿਹੜੇ ਦੀ ਪਹਿਲਾਂ ਪੱਕ ਜੇ ਉਹ ਖਾ ਲੈਂਦਾ। ਮਤਲਬ ਇੱਕ ਪੁਰਾਣਾ ਜਿੱਦਾਂ ਪੰਜਾਬ ਹੁੰਦਾ ਇੱਕ ਜਿਹੜਾ ਆ ਜਾਵੇ ਖੁੱਲੇ ਗੇਟ ਹੁੰਦੇ ਸੀਗੇ ਕਿ ਆ ਜਾਓ ਛਕ ਲਓ। ਮੈਂ ਦੱਸੀ ਜਾਂਦਾ ਵੀ ਪਹਿਲੇ ਦਿਨ ਐਂ ਲੱਗਦਾ ਸੀ ਜਦੋਂ ਆਏ ਨਾ ਵੀ ਯਾਰ ਵੀ ਕਿੰਨੇ ਦਿਨ ਲੱਗਣਗੇ ਕਿਵੇਂ ਆ, ਹੁਣ ਜੀ ਨਹੀਂ ਕਰਦਾ। ਸਾਰੇ ਸਾਡੇ ਤਿੰਨ ਜਥੇ ਆ ਗਏ ਜਾ ਕੇ, ਪਰ ਮੈਂ ਤੇ ਇੱਕ ਦੋ ਮੁੰਡੇ ਹੋਰ ਅਸੀਂ ਉਦੇ ਦੇ ਇੱਥੇ ਹੀ ਹੈ, ਕੋਈ ਪਰੇਸ਼ਾਨੀ ਨੀ। ਬਾਬੇ ਨਾਨਕ ਦੀਆਂ ਲੰਗਰਾਂ ਚ ਬਰਕਤਾਂ, ਹਜੇ ਅਸੀਂ ਆਪਦਾ ਸਮਾਨ ਤਾਂ ਖੋਲਿਆ ਹੀ ਨੀ, ਹਰਿਆਣੇ ਦਾ ਚੱਲੀ ਜਾਂਦਾ। ਹਰਿਆਣਾ ਭਰਾ ਸਾਡਾ ਮੁੰਡੇ ਨਾਲ ਮੁੰਡੇ ਲਾ ਕੇ 2-2 ਹਜ਼ਾਰ ਲੀਟਰ ਦੀ ਲੱਸੀ ਦੇ ਇੱਥੇ ਆ ਰਹੇ ਆ। ਆਪਣਾ ਤੁਸੀਂ ਉਹ ਦੇਖੋ ਪਾਣੀ ਦਾ ਲੰਗਰ ਆ ਗਿਆ, ਪਾਣੀ ਬਿਸਲਰੀ ਵੇਖੋ, ਬਿਲਕੁਲ ਠੀਕ ਹੈ। ਜਿਹੜੇ ਇਸ ਲੰਗਰਾਂ ਇਸ ਧਰਨੇ ਦਾ ਅਤੇ ਜਿਹੜਾ ਜੰਤਰ ਮੰਤਰ ਦੇ ਧਰਨੇ ਲੱਗਦੇ ਆ ਉਹਨਾਂ ਦਾ ਦਿਨ ਰਾਤ ਦਾ ਫਰਕ ਹੈ। ਅਤੇ ਵੀਰ ਜੀ ਆਪਾਂ ਹੁਣ ਬਿੱਲਾਂ ਦੀ ਥੋੜ੍ਹੀ ਬਹੁਤੀ ਗੱਲ ਕਰਦੇ ਹਾਂ ਕਿ ਜਿੱਦਾਂ ਹੁਣ ਕੱਲ੍ਹ ਨੂੰ 14 ਤਰੀਕ ਹੈ ਅਤੇ ਜਿਹੜੇ ਆਪਣੇ ਵੀਰ ਪਿੱਛੇ ਬੈਠੇ ਨੇ ਕਿ ਉਹ ਕੱਲ੍ਹ ਨੂੰ ਇਸ ਤਾਂ ਮਤਲਬ ਸ਼ਾਮਿਲ ਹੋ ਰਹੇ ਨੇ ਇਕੱਠ ਵਿੱਚ, ਜਿਹੜਾ DC ਦਫ਼ਤਰਾਂ ਦਾ ਘਰਾਓ ਅਤੇ ਜਿਹੜਾ VGP ਦੇ ਘਰਾਂ ਦਾ ਘਰਾਓ ਕਰਨਾ ਹੈ, ਅਤੇ ਉਹ ਮਤਲਬ ਇਕੱਠ ਕਰ ਰਹੇ ਨੇ ਜਾਂ ਤੁਹਾਡੇ ਉੱਧਰ ਕੋਈ ਪਿੰਡਾਂ ਵੱਲ ਜਾਂ ਕੀ ਉੱਧਰ ਦੀ ਸੰਭਾਵਨਾ ਹੈ? ਹਾਂ ਦੇਖੋ ਜੀ, ਅਸੀਂ ਤਾਂ ਜਥੇਬੰਦੀਆਂ ਦੇ ਕਹਿਣ ਮੁਤਾਬਕ ਚੱਲਣਾ। ਐਵੇਂ ਜਿਵੇਂ ਆਪਾਂ ਕਹਿ ਦਿੰਦੇ ਹਾਂ ਸਾਈਂ ਵਾਹੁੰਦਾ ਉਵੇਂ ਵਹੀ ਜਾਂਦੇ ਹਾਂ, ਜਿਵੇਂ ਸਾਨੂੰ ਕਹਿੰਦੇ ਅਸੀਂ ਸ਼ਾਂਤੀਪੂਰਨ ਆਪਦਾ ਬੈਠੇ ਹਾਂ ਅਤੇ ਜਾਵਾਂਗੇ ਉਦੋਂ ਜਦੋਂ ਸਾਡੀਆਂ ਜਥੇਬੰਦੀਆਂ ਕਹਿਣਗੀਆਂ ਵੀ ਆਪਣੇ ਹੱਲ ਹੋ ਗਿਆ। ਅਤੇ ਕਿਉਂਕਿ ਜਥੇਬੰਦੀਆਂ ਦਾ ਇਹ ਏਜੰਡਾ ਆ ਕਿ ਮੋਰਚਾ ਜਿਹੜਾ ਆ ਉਹ ਫਤਿਹ ਕਰਨਾ, ਰਾਦੀ ਕਰਾਉਣੇ ਆ, ਸੋਧ ਨਹੀਂ ਅਸੀਂ ਕਰਾਉਣੀ ਹੈਗੀ। ਬਾਈ ਜੀ ਉਹ ਤਾਂ ਫਿਰ ਉਹ ਸੋਧਾ ਦਾ ਟੌਪ ਹੀ ਖਤਮ ਆ ਨਾ, ਹੁਣ ਯੈਸ ਔਰ ਨੋ ਦੀ ਗੱਲ ਹੈ, ਬਿਲਕੁਲ ਬਿਲਕੁਲ ਕਰੋ ਜਾਂ ਨਹੀਂ ਨਾ ਕਰੋ। ਅਤੇ ਬਾਕੀ ਇਹ ਕੋਈ ਨਵੀਂ ਚੀਜ਼ ਮੰਗਣ ਵਾਸਤੇ ਨਹੀਂ ਆਏ, ਜੋ ਸਾਨੂੰ ਦਿਖਾ ਰਹੇ ਨਾ ਇਹ ਸਰਕਾਰ, ਬਿਲਕੁਲ ਸਾਨੂੰ ਤਾਂ ਸੁੱਤਿਆਂ ਪਿਆਂ ਨੂੰ ਛੇੜਿਆ ਗਿਆ, ਸਾਡੇ ਚੁੰਡੀ ਵੱਡੀ, ਬਿਲਕੁਲ ਅਸੀਂ ਤਾਂ ਆਪਦੀਆਂ ਆਰਾਮ ਨਾਲ ਪੰਜਾਬ ਤਾਂ ਸੁੱਤਾ ਪਿਆ ਸੀ, ਪਹਿਲਾਂ ਅਸੀਂ 47 ਹੰਢਾ ਲਈ, ਸਾਡਾ ਸਾਰਾ ਉਹ ਕਾਬਲ ਕੰਧਾਰ ਤੱਕ ਰਾਜ ਸੀ ਸਾਡਾ, ਜਦੋਂ ਖੋਹਿਆ ਗਿਆ ਸਾਰਾ ਪੰਜਾਬ ਚੰਗੀ ਉਪਜਾਊ ਜ਼ਮੀਨ ਉੱਧਰ ਛੱਡਤੀ, ਫਿਰ ਅਸੀਂ 84 ਵੇਖੀ। ਤੁਸੀਂ ਕਦੇ ਵੀ ਜ਼ਿੰਦਗੀ ਨੋਟ ਕਰਿਓ, ਜਿਹੜਾ ਸਸੀ ਆ ਦਿਨ ਵੇਖਣੇ ਪੈ ਰਹੇ ਨਾ, ਜਿਹੜਾ ਇਨਸਾਨ ਦਾ 70 ਤੋਂ ਲੈ ਕੇ 80 ਤੱਕ ਬਰਥ ਸੀ, ਉਹ ਮੁੰਡੇ ਕੋਈ ਨੌਕਰੀ ਨਹੀਂ ਲੱਗਿਆ,
ਇਹ ਮੈਂ ਅੰਕੜਿਆਂ ਦੱਸਦਾ ਗੱਲ, ਕੋਈ ਮੈਂ ਬੇਤੁਕੀ ਗੱਲ ਨਹੀਂ ਕਰਦਾ, ਕਿਉਂਕਿ ਉਦੋਂ 20-22 ਸਾਲ ਦੀ ਉਮਰ 'ਚ ਪੜ੍ਹਨਾ ਹੁੰਦਾ। ਬਿਲਕੁਲ ਜੀ। ਜਿਹੜੇ ਮੁੰਡੇ ਨੌਜਵਾਨ ਸੀ ਉਹ ਤਾਂ ਊਂ ਮਾਰਤੇ। ਬਿਲਕੁਲ ਸਹੀ ਜੀ, ਝੂਠੇ ਕੇਸਾਂ, ਠੀਕ ਹੈ ਜੀ, ਅੱਧੇ ਜੇਲ੍ਹਾਂ ਹੀ ਘੜਤੇ, ਅੱਧਿਆਂ ਨੂੰ ਘਰਦਿਆਂ ਨੇ ਸਕੂਲ ਨਹੀਂ ਜਾਣ ਦਿੱਤਾ। ਇਸ ਕਰਕੇ ਅਸੀਂ ਵੀ, ਮੈਂ ਵੀ ਆਪਦੇ ਆਪ ਨੂੰ ਸੋਚਦਾ ਵੀ ਜੇ ਕਿਤੇ ਉਦੋਂ ਉਹ ਨਾ ਦੇਣ ਹੁੰਦੇ ਤੇ ਕਿਤੇ ਨਾ ਕਿਤੇ ਆ ਕਾਨੂੰਨ ਜਿਹੜੇ ਘੜਦੇ ਆ ਉਹਨਾਂ ਦੇ ਵਿੱਚ ਅਸੀਂ ਵੀ ਹੁੰਦੇ। ਤੇ ਵੀਰ ਜੀ, ਸਰਕਾਰ ਵੱਲੋਂ ਕਿਸਾਨਾਂ ਨੂੰ ਅਨਪੜ੍ਹ ਕਿਹਾ ਜਾ ਰਿਹਾ ਨਾ, ਤੇ ਉਹਨਾਂ ਨੂੰ ਤੁਸੀਂ ਕੋਈ ਕਹਿਣਾ ਚਾਹੋਗੇ ਇੱਦਾਂ ਦੇ ਬੰਦਿਆਂ ਨੂੰ ਕਿ ਜਿਹੜਾ ਕਿਸਾਨ ਨੂੰ ਅਨਪੜ੍ਹ ਕਹਿ ਰਿਹਾ, ਜਿਹੜਾ ਕਿ ਸਾਰੇ ਪਾਸੇ ਆਪਣਾ ਅਨਾਜ ਪਕਾ ਕੇ ਸਭ ਨੂੰ ਰੋਟੀ ਖਾਣ ਜੋਗਾ ਕਰ? ਦੇਖੋ ਜੀ, ਇਹ ਤਾਂ ਗਏ ਗੁਜਰੇ ਜ਼ਮਾਨੇ ਦੀਆਂ ਗੱਲਾਂ। ਬਿਲਕੁਲ। ਸਾਡੇ ਪਿੰਡ ਜਦੋਂ ਮੇਰੇ ਦਾਦਾ ਜੀ ਹੋਰੀ ਪੜ੍ਹਦੇ ਸੀ, ਸਾਡੇ ਸੰਤ ਬਾਬਾ ਪੂਰਨ ਦਾਸ ਸੀ ਜਿਹੜੇ ਗੁਰੂ ਗ੍ਰੰਥ ਸਾਹਿਬ ਪੜ੍ਹਾਉਂਦੇ ਸੀ, ਉੱਥੋਂ ਹੀ ਉਹ ਅੱਖਰਾਂ ਦੀ ਉਹਨਾਂ ਨੂੰ ਪੜ੍ਹਾ ਕੇ, ਉਹਨਾਂ 'ਚ ਇੱਕ ਸਾਡੇ ਬਲਵੀਰ ਸਿੰਘ ਮਾਸਟਰ ਵੀ ਲੱਗੇ। ਜਦੋਂ ਸਕੂਲ ਹੈ ਨਹੀਂ ਸੀ, ਉਹ ਤਾਂ ਸਾਰਾ ਦੇਸ਼ ਹੀ ਅਨਪੜ੍ਹ ਸੀ, ਜਿਹੜੇ ਅੰਗਰੇਜ਼ਾਂ ਦੇ ਪਿੱਠੂ ਸੀ, ਜਿਨ੍ਹਾਂ ਨੂੰ ਅੰਗਰੇਜ਼ਾਂ ਨੇ ਬਾਦਸ਼ਾਹੀਆਂ ਬਖਸ਼ੀਆਂ, ਉਹਨਾਂ ਨੇ ਆਪਦੇ ਮੁੰਡੇ ਬਾਹਰ ਪੜ੍ਹਾ ਲਏ। ਅੰਗਰੇਜ਼ਾਂ ਦੇ ਸਕੂਲ ਸੀ ਹਿੰਦੁਸਤਾਨ 'ਚ, ਸਨਾਰ ਆਪਣਾ ਇੱਕ ਬਿਸ਼ਪ ਕਾਟਨ, 1800 ਕੁਛ ਦੇ ਖੁੱਲ੍ਹੇ ਵਿਆ ਹਿਮਾਚਲ 'ਚ, ਉਹਨਾਂ ਨੇ ਗੋਰਿਆਂ ਨੇ ਠੰਡ ਕਰਕੇ ਸਕੂਲ ਖੋਲ੍ਹੇ, ਜਿਵੇਂ ਮਿਓ ਕਾਲਜ ਅਜਮੇਰ। ਜਿਹੜੇ ਬੰਦੇ ਉਦੋਂ ਪਹੁੰਚ ਸੀ ਉਹਨਾਂ ਨੇ ਆਪਦੇ ਬੱਚੇ ਪੜ੍ਹਾਏ ਆ, ਜਦੋਂ ਉਦੋਂ ਸਕੂਲ ਹੀ ਹੈ ਨਹੀਂ ਤਾਂ ਜਵਾਕ ਪੜ੍ਹੂ ਕਿੱਥੋਂ? ਹੁਣ ਪਿੰਡ ਪਿੰਡ ਸਕੂਲ, ਪ੍ਰਾਈਵੇਟ ਸਕੂਲ, ਹੁਣ ਕਿਸਾਨ ਕੀ ਆ? ਤੁਸੀਂ ਇਹ ਦੇਖੋ, ਅੱਜ ਤੋਂ 20 ਸਾਲ ਪਹਿਲਾਂ ਕੈਨੇਡਾ ਅਮੈਰੀਕਾ ਉਹ ਜਾਂਦਾ ਸੀ ਜਿਹੜਾ ਪਿੰਡ 'ਚੋਂ ਸਭ ਤੋਂ ਸਹਿੰਦਾ ਬੰਦਾ ਸੀ, ਜਿਹੜਾ 40-50 ਕਿੱਲਿਆਂ ਵਾਲਾ ਜ਼ਮੀਨਦਾਰ ਸੀ, ਜਾਂ ਉਹ ਵਿਆਹ ਕਰਾ ਕੇ ਜਾਂਦਾ ਸੀ ਜਾਂ ਆਉਂ ਜਾਂਦਾ ਸੀ। ਹੁਣ ਤੁਸੀਂ ਦੇਖ ਲਓ ਜਿਹਦੇ ਕੋਲ ਇੱਕ ਏਕੜ ਆ, ਉਹ ਕਹਿੰਦਾ ਯਾਰ ਇਹ ਸਰਕਾਰ ਦੀਆਂ ਮਾਰੂ ਨੀਤੀਆਂ ਨਾ, ਇਹ ਕਿੱਲਾ ਕੱਲ੍ਹ ਨੂੰ ਵੀ ਵਿਕ ਜਾਣਾ, ਅਤੇ ਇਹਨੂੰ ਆਪਾਂ ਅੱਜ ਹੀ ਵੇਚ ਕੇ ਆਪਦੀ ਧੀ ਜਾਂ ਪੁੱਤ ਨੂੰ ਬਾਹਰ ਘੱਲੀਏ ਅਤੇ ਉਹ ਉੱਥੇ ਕਮਾਈ ਕਰਕੇ ਆਪਾਂ ਨੂੰ 20 ਕਿੱਲੇ ਹੋਰ ਬਣਾ ਦੂਗਾ। ਹੁਣ ਇੱਥੇ ਮੁੰਡੇ PhD ਵਾਲੇ ਵੀ ਫਿਰਦੇ ਆ, BA ਤਾਂ ਆਮ ਗੱਲ ਹੋ ਗਈ, ਡਿਪਲੋਮੇ ਆ, BTech ਆ, MTech ਆ, ਕਿਹੜੀ ਕਿਸੇ ਨੇ ਪੜ੍ਹਾਈ ਜਿਹੜੀ ਨਹੀਂ ਕੀਤੀ? ਇਹ ਬੜੀ ਸਰਕਾਰ ਭੁਲੇਖੇ ਸੀ ਵੀ ਜਿਵੇਂ ਪਹਿਲਾਂ ਸਾਡੇ ਦਾਦੇ ਸੀ ਇਹਨਾਂ ਦੇ ਪਲੇਚਿਆਂ 'ਚ ਆਊ ਕੇ ਮੁੜ ਜਾਣਗੇ। ਹੁਣ ਹਰੇਕ ਬੰਦਾ ਯੂਟਿਊਬ, ਫੇਸਬੁੱਕ, ਟਵਿੱਟਰ, ਸੋਸ਼ਲ ਮੀਡੀਆ ਸੀਗਾ, ਸਨੈਪਚੈਟ, ਕਿਹੜੀ ਚੀਜ਼ ਆ ਜਿਹੜੀ ਹੁਣ ਜ਼ਿਮੀਂਦਾਰਾਂ ਦੇ ਮੁੰਡਿਆਂ ਨੂੰ ਜਾਂ ਗਰੀਬਾਂ ਦੇ ਮੁੰਡਿਆਂ ਨੂੰ ਮੰਨ ਲਓ ਨਹੀਂ ਆਉਂਦੀ? ਗਰੀਬ ਤਾਂ ਮੈਂ ਕਿਸੇ ਨੂੰ ਕਹਿੰਦਾ ਹੀ ਨਹੀਂ, ਉਹ ਤਾਂ ਇੱਕ ਜਾਤੀ ਹੈ ਜੀ। ਇਹ ਗਰੀਬ ਜ਼ਿੰਦਗੀ 'ਚ ਕੋਈ ਹੋ ਹੀ ਨਹੀਂ ਸਕਦਾ। ਦੋ ਟਾਈਮ ਦੀ ਹਾਂ, ਕਿਸਾਨ ਮਜ਼ਦੂਰ ਏਕਤਾ ਜਿਹੜੀ ਹੈਗੀ ਆ, 9 ਮਾਸ ਦਾ ਰਿਸ਼ਤਾ। ਜੇ ਕਿਸਾਨ ਨਾ ਹੁੰਦਾ ਮਜ਼ਦੂਰ ਨਹੀਂ ਹੋਣਾ ਸੀ, ਮਜ਼ਦੂਰ ਨਾ ਹੁੰਦਾ ਕਿਸਾਨ ਨਹੀਂ ਹੋਣਾ ਸੀ। ਹਾਂ, ਉਸ ਤੋਂ ਬਾਅਦ ਜਿਹੜਾ ਇਹ ਸੰਘਰਸ਼ ਹੈ, ਇਹ ਇੱਕ ਪੰਜਾਬ ਦੇ ਇੱਕ ਟੋਲ ਤੋਂ ਆਰੰਭ ਹੋਇਆ 4 ਮਹੀਨੇ ਪਹਿਲਾਂ। ਪੰਜਾਬ ਤੋਂ ਚੱਲਿਆ 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 ਇਹ ਹਰਿਆਣੇ 'ਚ ਪਹੁੰਚ ਗਿਆ, ਇੱਥੇ UP 'ਚ ਪਹੁੰਚ ਗਿਆ, ਸਾਰੇ ਦੇਸ਼ 'ਚ ਪਹੁੰਚ ਗਿਆ। ਜਿਵੇਂ ਸਾਡੇ EZ Day ਖੁੱਲ੍ਹਿਆ ਸੀ ਮੁਕਤਸਰ, ਉਹਨੇ ਬਾਜ਼ਾਰ ਖਾ ਲਿਆ। ਚੰਡੀਗੜ੍ਹ ਅਲਾਂਟੇ ਖੁੱਲ੍ਹਿਆ, ਉਹਨੇ 17 ਸੈਕਟਰ ਖਾ ਲਿਆ। ਟੋਲ ਤੋਂ ਹੁੰਦਾ ਹੁੰਦਾ ਸੰਘਰਸ਼ ਉਹ BJP ਨੂੰ ਖਾ ਗਿਆ। ਇਸ ਕਰਕੇ ਇਹ ਬਹੁਤ ਸਰਕਾਰਾਂ ਭੁਲੇਖੇ 'ਚ ਆ। ਜਿਹੜਾ ਉਹ ਅੰਦੋਲਨ ਸੀ, ਲੋਕ ਬੈਗ 'ਚ ਲੀੜੇ ਪਾ ਕੇ ਆਉਂਦੇ ਸੀ, ਛੋਟੇ ਕਿਸਾਨ ਹੈ ਬਾਹਰਲੀਆਂ ਸਟੇਟਾਂ ਦੇ, ਕਿਰਾਇਆ ਭਾੜਾ ਲਾ ਕੇ ਵਿਚਾਰੇ 5-4 ਦਿਨ ਬਹਿ ਕੇ ਮੁੜ ਜਾਂਦੇ ਸੀ। ਇਹ ਨਾ ਸਾਡੇ ਕਿਸਾਨਾਂ ਨੇ, ਤੁਸੀਂ ਹਰੇਕ ਟਰਾਲੀ ਦੇਖੋ, ਇੱਧਰ ਦੇਖੋ, ਇੱਧਰ ਦੇਖੋ, 1000 ਦਾ ਰੱਸਾ ਲੱਗਿਆ, 2000 ਦਾ ਤਰਪਾਲ। ਜੇ ਸਪੋਜ ਕਰੋ 20000 ਟਰਾਲੀ ਆਈ ਹੈ, ਠੀਕ ਹੈ ਜੀ, ਤਾਂ 2 ਕਰੋੜ ਦਾ ਤਾਂ ਅਸੀਂ ਰੱਸਾ ਹੀ ਲੈ ਕੇ ਆਏ ਹਾਂ। 10 ਕਰੋੜ ਦਾ ਤਰਪਾਲ ਲੈ ਲਿਆ, 20 ਕਰੋੜ ਦਾ ਕਰਿਆਣਾ ਲੈ ਲਿਆ, 5 ਕਰੋੜ ਦਾ ਡੀਜ਼ਲ ਪੈ ਗਿਆ ਸਾਡੇ ਟਰੈਕਟਰਾਂ 'ਚ, 10-20 ਲੱਖ ਦਾ ਡੀਜ਼ਲ ਤਾਂ ਰੋਜ਼ ਫੂਕੀ ਜਾਂਦੇ ਅਸੀਂ ਮੋਬਾਈਲ ਚਾਰਜ ਕਰਨ ਮਾਰੇ। ਪਰ ਅਸੀਂ ਆਏ ਸੀ ਦਿੱਲੀ ਤੋਂ ਕੁਛ ਲੈਣ, ਜਾਵਾਂਗੇ ਦਿੱਲੀ ਨੂੰ ਦੇ ਕੇ। ਬਹਾਦਰਗੜ੍ਹ ਦੀ ਸੇਲ ਹੈ, ਹਰੇਕ ਸ਼ਹਿਰ ਡੇਲੀ 1-1.5 ਕਰੋੜ ਰੁਪਈਆ ਰਾਸ਼ਨਾਂ ਦਾ ਸਮਾਨ ਦਾ ਵੜੀ ਜਾਂਦਾ ਇੱਥੇ। ਕਿੰਨਿਆਂ ਬੰਦਿਆਂ ਨੂੰ ਸਾਡਾ ਜਿਹੜਾ ਸੰਘਰਸ਼ ਹੈ ਬਹੁਤ ਬੰਦਿਆਂ ਨੂੰ ਰੁਜ਼ਗਾਰ ਵੀ ਦੇ ਰਿਹਾ। ਅਤੇ ਤੁਸੀਂ ਦੇਖ ਸਕਦੇ ਜਿੱਦਾਂ ਵੀਰ ਜੀ ਸਾਡੇ ਕਹਿ ਰਹੇ ਆ ਕਿ ਕਿਸਾਨ ਅੰਦੋਲਨ 'ਤੇ ਜ਼ਰੂਰ ਆਏ ਆ, ਪਰ ਜਿਹੜੇ ਇੱਥੇ ਨੋਰਮਲ ਲੋਕ ਰਹਿੰਦੇ ਨੇ ਉਹਨਾਂ ਦਾ ਕਾਰੋਬਾਰ 'ਚ ਵਾਧਾ ਹੀ ਕਰ ਰਹੇ ਨੇ। ਅਤੇ ਸਾਡੇ ਵੀਰ ਦਾ ਇਹ ਵੀ ਬੜੇ ਵੱਡੇ ਪੱਧਰ 'ਤੇ ਕਹਿਣਾ ਹੈ ਕਿ ਇਸ ਟਾਈਮ ਜਿਹੜੇ ਨੌਜਵਾਨ ਆ, ਜਿੱਦਾਂ ਸਰਕਾਰਾਂ ਵੱਲੋਂ ਨੌਜਵਾਨਾਂ ਨੂੰ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਸੀ ਬਟ ਉਹ ਦਿੱਤੀਆਂ ਨਹੀਂ ਗਈਆਂ, ਇੱਥੇ BA MA ਮਤਲਬ ਕਿ MHP PhIL ਜਿੰਨੀਆਂ ਵੀ ਵੱਡੀਆਂ ਪੜ੍ਹਾਈਆਂ ਕੀਤੇ ਹੋਏ ਵੀਰ ਇੱਥੇ ਸਾਡੇ ਅੰਦੋਲਨ 'ਚ ਸ਼ਾਮਿਲ ਨੇ। ਅਤੇ ਬਹੁਤ ਬਹੁਤ ਧੰਨਵਾਦ ਵੀਰ ਜੀ ਦਾ ਮੈਂ ਕਰਦਾ ਹਾਂ। ਅਤੇ ਇੱਕ ਮਿੰਟ ਵੀਰ ਜੀ, ਹੁਣੇ ਅਸੀਂ ਦੇਖਿਆ, ਮੈਂ ਤੁਹਾਡੇ ਚੈਨਲ ਦੇ ਰਾਹੀਂ ਬੇਨਤੀ ਵੀ ਕਰਦਾ,
ਵੀ ਹੁਣ ਨਾ ਏਜੰਸੀਆਂ ਨੇ ਵਿੱਚ ਬੰਦੇ ਛੱਡੇ ਆ ਸਾਰੀਆਂ ਜਥੇਬੰਦੀਆਂ ਨੂੰ ਮੈਂ ਕਹਿਣਾ ਵੀ ਜਦੋਂ ਤੁਸੀਂ ਕਿਸੇ ਨੂੰ ਆਪਦਾ ਲੋਗੋ ਦਿੰਦੇ ਆ ਉਹ ਵੇਖ ਪਰਖ ਕੇ ਦਿਓ ਇਹ ਲੋਗੋ ਤੁਹਾਡਾ ਲਾ ਕੇ ਗਲਤ ਅਨਸਰ ਕਿਸਾਨਾਂ ਨੂੰ ਕਿਸਾਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਦੇ ਕਿਸਾਨ ਤਾਂ ਬੜਾ ਆਪਦਾ ਠੰਡੇ ਮਤੇ ਨਾਲ ਬੈਠਾ ਕੋਈ ਕਿਸੇ 'ਚ ਜਿਵੇਂ ਮਿੱਠਤ ਨਹੀਂ ਵੀ ਨਾਨਕਾ ਗੁਣ ਚੰਗਿਆਈਆਂ ਦੇ ਐਵੇਂ ਨਹੀਂ ਅਸੀਂ ਤਾਂ ਕਹਿੰਦੇ ਹਾਂ ਵੀ ਅਸੀਂ ਤਾਂ ਆਰਾਮ ਨਾਲ ਬੈਠੇ ਹਾਂ ਅਸੀਂ ਕੋਈ ਕਿਸੇ 'ਤੇ ਕਿੰਤੂ ਪ੍ਰੰਤੂ ਨਹੀਂ ਕਰਦੇ ਜੋ ਸਾਡੇ ਸੰਘਰਸ਼ 'ਚ ਆ ਗਿਆ ਅਸੀਂ ਉਹਦਾ ਵੀ ਜੀ ਐਂ ਕਹਿੰਦੇ ਹਾਂ ਜੋ ਘਰ ਬੈਠਾ ਜੋ ਬਾਹਰੋਂ ਸਪੋਰਟ ਕਰ ਰਿਹਾ ਉਹ ਵੀ ਹੈ ਪਰ ਸਾਡੇ ਸੰਘਰਸ਼ ਨੂੰ ਸਰਕਾਰ ਲੱਗੀ ਹੋਈ ਆ ਵੀ ਕੋਈ ਨਾ ਕੋਈ ਕੋਈ ਨਾ ਕੋਈ ਵਿੱਚੋਂ ਵੀਕ ਪੁਆਇੰਟ ਮਿਲੇ ਅਤੇ ਅਸੀਂ ਇਹਨਾਂ ਨੂੰ ਸੰਘਰਸ਼ ਨੂੰ ਬਦਨਾਮ ਕਰੀਏ। ਠੀਕ ਹੈ ਵੀਰ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਕਿ ਵੀਰ ਦਾ ਤੁਸੀਂ ਕਹਿਣਾ ਵੇਖ ਰਹੇ ਹੋ ਕਿ ਸਰਕਾਰਾਂ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹੜਾ ਸੰਘਰਸ਼ ਆ ਉਸਨੂੰ ਉਹਦਾ ਰੂਪ ਮੋੜਨ ਲਈ ਉਹਦਾ ਪੱਖ ਤੋੜਨ ਲਈ ਅਤੇ ਪੰਜਾਬੀ ਪ੍ਰਾਈਮ ਪੋਸਟ ਵੱਲੋਂ ਤੁਹਾਨੂੰ ਠੀਕਰੀ ਵਾਡਰ ਦਾ ਜੋ ਪ੍ਰਸਾਰਣ ਹੈ ਇਸੇ ਤਰ੍ਹਾਂ ਦਿਖਾਇਆ ਜਾਵੇਗਾ। ਬਹੁਤ ਬਹੁਤ ਧੰਨਵਾਦ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿ ਤੁਸੀਂ ਦੇਖ ਸਕਦੇ ਹੋ ਜਿੱਦਾਂ ਸਾਡੇ ਧਰਨੇ ਜਿਹੜੇ ਕਿਸਾਨਾਂ ਦੇ ਅੰਦੋਲਨ ਚੱਲ ਰਹੇ ਆ ਉਹਨਾਂ 'ਤੇ ਸਾਡੀਆਂ ਮਾਵਾਂ ਭੈਣਾਂ ਅਤੇ ਵੀਰ ਵੱਡੇ ਪਹੁੰਚੇ ਹਨ ਅਤੇ ਇੱਥੇ ਬੱਚੇ ਵੀ ਪਹੁੰਚੇ ਹਨ ਜਿਨ੍ਹਾਂ ਨੇ ਹੱਥ ਵਿੱਚ ਪੰਪਲੈਟ ਦੇ ਉੱਤੇ ਕੁਝ ਲਿਖਿਆ ਹੈ ਅਤੇ ਤੁਹਾਨੂੰ ਰੂਬਰੂ ਕਰਾਉਂਦੇ ਹਾਂ ਉਸ ਬੱਚੇ ਦੇ ਨਾਲ। ਕੀ ਨਾਮ ਹੈ ਪੁੱਤਰ ਜੀ ਆਪਣਾ? ਮੇਰਾ ਨਾਮ ਗੁਰਵੀਰ ਸਿੰਘ ਹੈ ਜੀ। ਕਿੱਥੋਂ ਦੇ ਹੋ? ਅਸੀਂ ਮੁਕਤਸਰ ਦੇ ਹਾਂ। ਅਤੇ ਆਹ ਤੁਹਾਡੀ ਪੜ੍ਹਾਈ ਦੀ ਉਮਰ ਹੈ ਨਾ, ਤੁਸੀਂ ਅੰਦੋਲਨ 'ਤੇ ਆਏ ਹੋ ਤਾਂ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਪ੍ਰਤੀ? ਅਸੀਂ ਬਸ ਕਿਸਾਨਾਂ ਦੇ ਨਾਲ ਖੜੇ ਹਾਂ, ਅਸੀਂ ਆਪਦੇ ਪਰਿਵਾਰ ਸਮੇਤ ਇੱਥੇ ਆਏ ਹਾਂ ਅਤੇ ਅਸੀਂ ਮੋਦੀ ਨੂੰ ਉਹ ਕਾਲੇ ਕਾਨੂੰਨ ਸਾਰੇ ਰੱਦ ਕਰਾ ਕੇ ਹੀ ਜਾਵਾਂਗੇ। ਹੁਣ ਜਿਹੜੇ ਉਹਨੇ ਕਾਲੇ ਕਾਨੂੰਨ ਬਣਾਏ ਹਨ ਉਹ ਸਾਰੇ ਅਸੀਂ ਰੱਦ ਕਰਾ ਕੇ ਜਾਵਾਂਗੇ। ਤੁਸੀਂ ਦੇਖ ਸਕਦੇ ਹੋ ਕਿ ਸਾਡੇ ਛੋਟੇ ਬੱਚੇ ਜਿਹੜੇ ਛੋਟੇ ਭਰਾ ਨੇ ਜਿਨ੍ਹਾਂ ਦੀ ਪੜ੍ਹਨ ਦੀ ਉਮਰ ਆ ਜੋ 7ਵੀਂ 8ਵੀਂ ਪੜ੍ਹਦੇ ਉਹ ਵੀ ਇਹਨਾਂ ਬਿੱਲਾਂ ਕਰਕੇ ਸੜਕਾਂ 'ਤੇ ਆਏ ਹਨ ਅਤੇ ਇੱਥੋਂ ਪਤਾ ਲੱਗਦਾ ਹੈ ਕਿ ਬੇਸ਼ੱਕ ਕਿਸੇ ਤੋਂ ਜ਼ਮੀਨ ਹੋਵੇ ਨਾ ਹੋਵੇ ਜ਼ਮੀਰ ਜਿਹੜੀ ਉਹ ਅੱਜ ਵੀ ਜੀਂਦੀ ਹੈ ਸਾਰਿਆਂ ਦੀ। ਬਹੁਤ ਬਹੁਤ ਧੰਨਵਾਦ ਪੰਜਾਬੀ ਪ੍ਰਾਈਮ ਪੋਸਟ ਦੇਖਣ ਵਾਲਿਆਂ ਨੂੰ। ਕਹਿੰਦਾ ਵੀ ਮੈਂ ਅੰਦੋਲਨ 'ਚ ਕੀ ਲੈਣ ਜਾਣਾ? ਮੈਂ ਕਿਹਾ ਪੁੱਤ ਸਾਡੇ ਬਜ਼ੁਰਗਾਂ ਨੇ ਅੰਦੋਲਨ ਲੜੇ ਆ, ਅਸੀਂ ਉਹਨਾਂ ਨਾਲ ਗਏ ਆ, ਤੁਸੀਂ ਸਾਡੇ ਨਾਲ ਜਾਓ। ਤੁਹਾਨੂੰ ਲੋਕਾਂ ਦੇ ਵਿੱਚ ਸਾਰੀ ਪਬਲਿਕ ਦੇ ਵਿੱਚ ਰਹਿਣ ਦਾ, ਬਹਿਣ ਦਾ, ਅੰਦੋਲਨ ਦੇ ਤਰੀਕੇ, ਆਗੂਆਂ ਦੀਆਂ ਗੱਲਾਂ ਮੰਨਣ ਦਾ ਉਹ ਸਿੱਖਣ ਨੂੰ ਮਿਲੇਗਾ। ਜੋ ਸਾਡਾ ਇਤਿਹਾਸ ਸੀ ਅਸੀਂ ਪੜ੍ਹਿਆ ਸੀ ਉਹ ਇੱਕ ਵਾਰ ਜੇ ਆਪਾਂ ਕਹਿੰਦੇ ਵੀ ਮੇਰੀ ਜ਼ਮੀਨ ਦਾਦੇ ਦੀ ਮੈਨੂੰ ਮਿਲੇਗੀ ਤਾਂ ਉਸ ਦੇ ਨਾਲ ਜੋ ਜ਼ਿੰਮੇਵਾਰੀਆਂ ਹੈ ਅੰਦੋਲਨ ਲੜਨ ਦੀ, ਸੱਚ ਨੂੰ ਸੱਚ ਕਹਿਣ ਦੀ, ਜਾਵਰ ਬਾਬਰ ਨੂੰ ਜਾਵਰ ਕਹਿਣ ਦੀ, ਜੋ ਸਾਨੂੰ ਗੁਰੂ ਨਾਨਕ ਦੇਵ ਜੀ ਨੇ ਆਖਿਆ, ਉਹ ਵੀ ਨਾਲ ਸਿੱਖੀ ਆਪਦੇ ਬੱਚਿਆਂ ਨੂੰ ਦੇ ਕੇ ਚੱਲਾਂਗੇ ਜ਼ਮੀਨਾਂ ਨਾਲ। ਅਸੀਂ ਇਹ ਵੀ ਆਸ ਕਰਾਂਗੇ ਵੀ ਅੱਗੋਂ ਇਹ ਵੀ ਆਪਦੇ ਬੱਚਿਆਂ ਨੂੰ ਦੇ ਕੇ ਜਾਣਗੇ। ਜੋ ਪੰਜਾਬੀਆਂ ਦੀ ਸੰਘਰਸ਼ੀਲ ਕੌਮ ਹੈ ਉਹ ਸੰਘਰਸ਼ ਇਸੇ ਤਰ੍ਹਾਂ ਹੀ ਚਾਲੂ ਰਹੇਗਾ ਸਾਡਾ। ਤੁਸੀਂ ਦੇਖ ਸਕਦੇ ਹੋ ਕਿ ਯੋਧੇ ਸੂਰਮੇ ਕੁਝ ਵੱਖਰੇ ਨਹੀਂ, ਅਲੱਖਣ ਨਹੀਂ ਪੈਦਾ ਹੁੰਦੇ ਹੈਗੇ, ਇਹੋ ਜਿਹੇ ਮਾਂ ਬਾਪ ਹੋ ਜੋ ਜਿਹੜੇ ਯੋਧੇ ਸੂਰਮੇ ਪੈਦਾ ਕਰ ਦਿੰਦਾ ਜਾਂ ਯੋਧੇ ਸੂਰਮੇ ਬਣਾਉਂਦੇ ਹਨ। ਅਤੇ ਉਹ ਸਿੰਘ ਸਾਹਿਬ ਕਹਿ ਰਹੇ ਕਿ ਅਸੀਂ ਬੱਚਿਆਂ ਨੂੰ ਸਪੈਸ਼ਲ ਆਪ ਲੈ ਕੇ ਆਏ ਹਾਂ ਦੱਸਣ ਲਈ ਕਿ ਜੇਕਰ ਤੁਸੀਂ ਆਪਣੀਆਂ ਜ਼ਮੀਨਾਂ ਦੇ ਹੱਕ ਜਿਤਾਉਣਾ ਹੈ ਤਾਂ ਜ਼ਮੀਨਾਂ ਲਈ ਲੜਨਾ ਵੀ ਸਿੱਖੋ। ਪੰਜਾਬੀ ਪ੍ਰਾਈਮ ਪੋਸਟ ਤੁਹਾਡੇ ਸਾਰੇ ਦੇਖ ਰਹੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਹੈ ਅਤੇ ਪੇਜ ਨੂੰ ਲਾਈਕ, ਸ਼ੇਅਰ ਅਤੇ ਕਮੈਂਟ ਜ਼ਰੂਰ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਥੇ ਟਰੈਕਟਰ, ਟਰਾਲੀਆਂ, ਗੱਡੀਆਂ ਬੜੇ ਵੱਡੇ ਪੱਧਰ 'ਤੇ ਪਹੁੰਚ ਰਹੀਆਂ ਅਤੇ ਸਾਨੂੰ ਬਾਪੂ ਜੀ ਦੱਸ ਰਹੇ ਨੇ ਕਿ ਜਿਹੜੀਆਂ ਕੰਬਾਈਨਾਂ ਆ ਉਹ ਵੀ ਬੜੇ ਜ਼ੋਰਾਂ ਸ਼ੋਰਾਂ ਨਾਲ ਇੱਥੇ ਵੱਧ ਰਹੀਆਂ। ਬਾਪੂ ਜੀ ਉਹ ਕੰਬਾਈਨਾਂ ਦਾ ਕੀ ਤੁਸੀਂ ਦੱਸ ਰਹੇ ਸੀ? 400 ਕੰਬਾਈਨ ਬਾਈ ਜੀ। ਕਿੱਧਰੋਂ ਤੁਰੀ? ਕਰੀਬ ਪਿੱਛੇ ਲੱਗ ਗਿਆ ਕਿ ਸੰਗਰੂਰ ਪਟਿਆਲੇ ਤੋਂ ਲੁਧਿਆਣੇ ਤੋਂ। ਅਤੇ ਬਾਪੂ ਜਿਵੇਂ ਕਿ ਰਾਤੀ ਇਹਨਾਂ ਨੇ ਬੈਰੀਅਰ ਬੂਰੀਅਰ ਲਾ ਦਿੱਤੇ ਸੀ ਕਹਿੰਦੇ ਸੀਗੇ ਅਤੇ ਉਹ ਕੀ ਹੁਣ ਖੋਲ੍ਹ ਦਿੱਤੇ? ਉਹ ਰੋਕਣ ਵਾਸਤੇ ਲਾਏ ਸੀ, ਰੁਕੇ ਨਹੀਂ। ਨਹੀਂ ਰੁਕੇ? ਹਾਂ। ਅਤੇ ਉਹ ਕਦੋਂ ਤੱਕ ਕੰਬਾਈਨਾਂ ਜਿਹੜੀਆਂ ਇੱਥੇ ਪਹੁੰਚ ਜਾਣਗੀਆਂ? ਪਹੁੰਚ ਗਈਆਂ ਪਿੱਛੇ ਤਾਂ। ਹਾਂਜੀ, ਮਗਰ ਜਿਹੜਾ ਇਹ ਇਕੱਠਾ ਕਿੰਨਾ ਕੁ ਲੰਬਾ ਹੋ ਚੁੱਕਾ? ਇਹਦਾ ਸਭ ਤੋਂ ਬਾਹਰ ਹੈ, ਉਪੜਿਆ ਨਹੀਂ ਗਿਆ। ਪੜਿਆ ਨਹੀਂ ਗਿਆ? ਹਾਂ। ਤੁਸੀਂ ਪੁੱਛਿਆ ਸੀ ਜਿਹੜੀਆਂ 400 ਕੰਬਾਈਨ ਕਿਹੜਾ ਦੇ ਗਏ ਮੋਟਰਸਾਈਕਲ ਦੇ ਤੜਕੇ? ਸੱਤ। ਕਿੰਨੇ ਵਜੇ ਬਾਪੂ ਜੀ ਗਏ ਸੀ? ਉਹ ਰਾਤ ਪਹੁੰਚੇ 3:30 ਵਜੇ। ਰਾਤੀ ਤਾਂ ਮੀਂਹ ਪਿਆ, ਕੋਈ ਪਰੇਸ਼ਾਨੀ ਤਕਲੀਫ ਹੋਈ? ਬਈ ਬਿਲਕੁਲ ਨਹੀਂ, ਬਿਲਕੁਲ ਨਹੀਂ, ਭੋਰਾ ਵੀ ਨਹੀਂ। ਮਤਲਬ ਅਸੀਂ ਕਹਿ ਸਕਦੇ ਹਾਂ ਕੁਦਰਤ ਵੀ ਕਿਸਾਨਾਂ ਦਾ ਸਾਥ ਦੇ ਰਹੀ ਹੈ? ਉਹ ਇਹਦਾ ਮੋਦੀ ਨੇ ਖਰੀਦਿਆ ਸੀ, ਰੱਬ ਉਹਨੂੰ ਪਤਾ ਲੱਗ ਗਿਆ ਵੀ ਇਹਦਾ ਗਲਤ ਕਰ ਬੈਠੇ ਆਪਾਂ। ਹਾਂ। ਤੇ ਜਿਵੇਂ ਉਹਨੂੰ ਲੱਗਦਾ ਸੀ ਕਿ ਸ਼ਾਇਦ ਅਸੀਂ ਇਹਨਾਂ ਨੂੰ ਮਤਲਬ ਦੇਖਣਾ ਚਾਹੁੰਦੇ ਕਿ ਕਿੰਨੀ ਇਹਨਾਂ ਸਹਿਨ ਸ਼ਕਤੀ, ਕਿੰਨੀ ਹਾਂ ਕਿੰਨੀ ਪਾਵਰ, ਹਾਂ ਸਹਿਨ ਸ਼ਕਤੀ ਦਾ, ਇਹਨਾਂ ਲੱਗਾ ਸੀ ਕਿ ਸ਼ਾਇਦ ਇਹ ਸ਼ੰਭੂ ਬਟ ਨਹੀਂ ਟੱਪ ਸਕਦੇ। ਨਹੀਂ ਨਹੀਂ। ਤੇ ਮਹਾਰਾਜ ਦੀ ਕਿਰਪਾ ਨਾਲ ਇਹ ਤੁਸੀਂ ਬੜਾ ਕੁਝ ਬੜੇ ਅੱਗੇ ਵੱਧ ਚੁੱਕੇ। ਮਤਲਬ ਵੀ ਨਹੀਂ, ਮਤਲਬ ਨਾ ਮੀਂਹ ਦਾ ਕਿਸੇ ਨੂੰ, ਨਾ ਪਾਣੀ ਦਾ, ਨਾ ਕਿਸੇ ਨੂੰ ਦਿੱਕਤ ਹੀ ਕੋਈ ਨਹੀਂ। ਘਰ ਬਸ ਰਹੇ ਨੇ, ਅੰਦਰ ਪਹੁੰਚਣਾ ਹੈ। ਤੁਸੀਂ ਦੇਖ ਸਕਦੇ ਹੋ ਸਾਡੇ ਬਜ਼ੁਰਗਾਂ ਦੀ ਕੀ ਉਮਰ ਹੈ ਅਤੇ ਉਹਨਾਂ ਦੇ ਜਜ਼ਬੇ ਅਤੇ ਉਹਨਾਂ ਦੇ ਚਿਹਰੇ ਦਾ ਨੂਰ। ਉਹ ਕਹਿੰਦੇ ਆ ਜਿਹੜਾ ਇਹ ਮੋਰਚਾ ਹੈ ਇਹਨੂੰ ਫਤਿਹ ਹੀ ਕਰਕੇ ਮੋੜਨਾ ਹੈ, ਲੋੜ ਪਈ ਤਾਂ ਅਸੀਂ ਦਿੱਲੀ ਵੀ ਪਹੁੰਚਾਂਗੇ। ਬਹੁਤ ਬਹੁਤ ਧੰਨਵਾਦ ਸਾਰੇ ਬਜ਼ੁਰਗਾਂ ਦਾ। ਅਤੇ ਵੀਰ ਜੀ, ਜਿੱਦਾਂ ਕਿ ਜਿਹੜੀ ਜਨਤਾ ਆ ਉਹ ਸਰਕਾਰ ਚੁਣਦੀ ਆ ਆਪਣੇ ਫਾਇਦੇ ਲਈ, ਅਤੇ ਤੁਸੀਂ ਦੇਖ ਰਹੇ ਹੋ ਕਿ 26 ਤਰੀਕ ਸਰਕਾਰ ਨੇ ਮਤਲਬ ਕੀ ਕੁਝ ਕੀਤਾ ਆ, ਅਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਉਸ ਦੇ ਰੂਪ ਵਿੱਚ? ਹਮ ਯੋ ਕਹਿਣਾ ਚਾਹਾਂ ਬਾਈ ਖੱਟਰ ਸਰਕਾਰ ਨੇ ਵੀਰ, ਮੋਦੀ ਸਰਕਾਰ ਨੇ ਵੀ, ਕਿ ਬਈ ਹਰਿਆਣਾ ਪੰਜਾਬ ਵੀ ਝਟਕਾ ਲਿਆ, ਠੀਕ ਹੈ,
मैं मोदी तरह देख ले भी देड़ के गिर देंगे ठीक है या तो बहुत संभल जाता हूँ कुड़ी काड़ी तो है नहीं सब रखा ठीक है नहीं कुड़ी काड़ी वाला तो जिक्र है उसका है नहीं सौरा नंगा हो तो ठीक है नहीं उसका तो सिर्फ एक सीधी सी बात यह है वो मोदी तेरी माँ जी वजह तेरी माँ ने दूध प्यार खेन तेरता है तो ही वाकई मिले हमने टिकरी बॉर्डर बाज है संधू बॉर्डर बाज है जड़ा तेरा जी करा तेरी छुट्टी और बुला ले ठीक है तो खुद तो लुकता फिर है ठीक है और खट्टर की क्या बात है मेरे यार खट्टर तो कीटाणु आदमी है वो तो जिस तरह भी वो मोदी कहेगा तो नहीं चलेगा ठीक है नहीं यार खट्टर ने अपना पछवाड़ा तक का जोर ला लिया भाई तू भी सड़क खोद दे नाके ला दे पंजाब वाला नेर देंगे उन्हें तो कौन मेरा तेरे बड़ो ये बैठे हैं और भूपे बैठे हैं तेरे उरे हरियाणा वाले बैठे हैं और अपना अपना पंजाबी कोनी पंजाबी कड़ा पंजाबी तो उरे बैठे हैं प्योर ठीक है जो तो पाकिस्तानी है आतंकवादी तो खुद है वो ठीक है नहीं किसानों को आतंकवादी करने वाला वो खुद पाकिस्तानी है उसकी कोई आईडी नहीं है भारत की। मोदी ने एक काम तो वधिया करता जी जाट ते जाट मिलाते ये तो भाई जी जाट ते जाट अड्डो अड्ड नहीं मानसी हुण तो एक एक 11 करते हुण मोदी आपदा बचा कर ले बस जट जाट एक दे पंजाब में चैल गोत है हरियाणा में चैल गोत पंजाब में मान गोत है हरियाणा में मान गोत पंजाब में सिंधु गोत है हरियाणा में सिंधु गोत पंजाब में अलावत गोत है आवाज इको सारा बोली इको ये लीडरां दी अड्डो अड्डी पाड़ा पाया होया सीगा कदे SYL कदे दूसरा सारे काम इको ही आ सारे भरा इको आ सवेर ते इह असी इकट्ठे रोटी बणाउंदे इकट्ठे ही खांदे आ असी नाल इह हो गया कि एकजुट हो गया एकजुट है एक मारे हरियाणा में बणया था बीजेपी के विरोध में वोट लेके किसान की उंगलियां अड्डो अड्ड सी एक सुन बनाता ये हुण कसुन मोदी दे ही चलना है एक बीजेपी के खिलाफ वोट लेके हरियाणा के किसानों की एक दूसरी चौटाला बनया था कि मैं देवी लाल का असली पोता हूँ राजनीति का पक्ष जो रूप बदल दिया जा सकता मतलब कि वो बदल देंगे ज्यादा दूर ज्यादा समय नहीं है लेना 24 तो बहुत लंबा टाइम है नहीं नहीं पहले टिप्पी ते अदक दा फर्क है इन्होंने अत चकती हैगी अंत दा होना ही होना है आगे किसी पार्टी का कोई कांग्रेस का कोई बीजेपी का कोई वामपंथी का किसी का नहीं किसान नेता आएगा किसान नेता की आवाज चलेगी जो किसान नाल खड़ूंगा वही वोटा च खड़ूंगा मतलब कि सरकार दे जिहड़े नुमिंदे आ बछिंदे आ वो हुण कुर्सियां ते नहीं वेखे क्योंकि एक नारा हुंदा हैगा कि राजे दा पुत्तर ही राजा बनूगा ए जिम्मेदार दा पुत्तर राजा बनूंगा जिम्मेदार का पुत्र बनाओ राजा भी एक नारा होता है ना कि राजे का पुत्र राजा ते गरीब का पुत्र गरीब है जिम्मेदार का पुत्र हिटलर ने इतनी बड़ी तानाशाही करी है तो उसका टाइम आया कि नहीं आया तो मोदी का भी टाइम आ रहा है विसर क्यों गए वो मतलब अपना जो समा पिछला है विसर क्यों गए इन्हों नहीं पता कि जो अत चकता है वह अंत कहो जाएगा इन्हें सारा पता है तभी तो लुकते फिर मैं सरदार जी राजा तो जद बनूगा जिनके लैद होगी खट्टर का लैद नहीं है मोदी का लैद नहीं है राजा की बनूंगा राजा तो किसान है किसान ही रहेगा जो मर्जी मोदी ने करना वो करे किसान अपनी कार्रवाई में ठीक खड़ा है इसका लाज और आस नहीं है इसको क्या पता दूसरे की पीड़ा का क्या है धन्यवाद अस तो यही कह रहे थे भी जो जमींदार दे ना किसान ना खड़ेगा मैं खेती करता है कि नहीं करता परंतु मैं रोटी तो खा के ही सौंदा कोई भी है कोई पिज्जा खा ले वो भी गोहे का नहीं बनता गोहा भी जिमीदार का अनाज खा के फिर ही पशु करता है वो मोदी के कहने अनुसार बई असी पिज्जा खा लेंगे तो वह खा लेंगे पिज्जा भी गोहे का नहीं बनता उन्होंने ये नहीं पता गा बई दुध पीने वाली चीज़ है वह मूत पी जाते हैं ਇਹ ਕੀ ਰਾਜ ਕਰਨਗੇ ਸਰਕਾਰ ਸੀ ਤੇ ਉਦੋਂ ਨਾਰਾ ਚੱਲ ਰਿਹਾ ਸੀਗਾ ਕਿ ਅੱਛੇ ਦਿਨ ਆਨੇ ਵਾਲੇ ਕੋ ਦੱਸ ਸਕਦੇ ਸਾਡੇ ਵੀਰ ਭਰਾ ਜਿਹੜੇ ਸਾਡੇ ਅੱਛੇ ਦਿਨ ਕਿਸ ਕੇ ਆਏ ਹੈ ਅੱਛੇ ਦਿਨ ਆਏ RSS ਕੇ ਅੱਛੇ ਦਿਨ ਆਏ ਅੰਬਾਨੀ ਕੇ ਔਰ ਮਾੜੇ ਦਿਨ ਆਏ ਹਮਾਰੇ ਕਿਸਾਨੋ ਕੇ ਕਿਉਂਕਿ ਭਾਸ਼ਣ ਚ ਬਹੁਤ ਵੱਡੇ ਵੱਡੇ ਲੈਵਲ ਤੇ ਗੱਲਾਂ ਕਰਦੇ ਸੀ ਆਹ ਕੀਤਾ ਸੀ ਉਹ ਕੀਤਾ ਉਹ ਬੜੀ ਬੜੀ ਫਰੋਡ ਮਾਰਾ ਨੇ ਉਹ ਜੁਮਲਾ ਮਾਰਾ ਸੁਲਪਾ ਕੀ VDP ਕਾ ਮਾਰਾ ਠੀਕ ਹੈ ਨਹੀਂ ਯਾ ਤੋ ਸਾਲੇ ਨੇ ਕੁਛ ਰੰਦਾ ਨਹੀਂ ਕੇ ਕਹਿਣਾ ਕਿ ਨਹੀਂ ਅੱਗੇ ਕੋਈ ਬੈਠਿਆ ਕਿ ਨਹੀਂ ਬੈਠਿਆ ਠੀਕ ਹੈ आगे नहीं पहुंचे सौरिया का कुछ और किसानों को अनपढ़ कहते अनपढ़ जब मारे किसान नेता डिबेट में जाते अनपढ़ तो ये आगे से सवाल नहीं दे सकते कोई डॉक्टर अंबेदकर जी का लिखा हुआ जो संविधान वो 9 भाषा के विद्वान थे पत्ती उन्होंने को डिग रहे थे वो मतलब ये बदल रहे हैं तो वो पक्ष की कहना इन्हें तो लोकतंत्र मिटा दिया
जो अंबेडकर ने इतिहास लिखा था डिक्टेटरशिप का अंत होना ही होना। डिक्टेटरशिप ज्यादा चिर नहीं चलती। जो लोग लहर उठदियां यह उठदियां सरकार दियां नाकामियां करके, सरकार की नाकामी करके ही। ये जिहड़ा एक किसान अंदोलन कह रहे थे पंजाब ने चक्या, हरियाणे ने चक्या, वह चकते 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 यह लोग लहर बनती जाती है। पंजाब तो शुरू होया, हरियाणा चलिया, राजस्थान चलिया, वह ज्वालामुखी बनती है। बहुत बहुत धन्यवाद। तुसी देख रहे हो कि वीर का कहना है साड्या का कि आने वाले समय च जिहड़ी ये सरकार आ ओह किसानां दी ही असीं खड़े करांगे। हुण इहनां नूं बछिंदियां नूं जां मोदी सरकार नूं वोटां नहीं दित्तियां जाएगा। पंजाबी प्राइम पोस्ट वालों तुहानूं ठीकरी बार्डर तों सीधा प्रसारण।